ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਅੰਤਰਰਾਸ਼ਟਰੀ ਪੱਧਰ ਤੇ ਨਗਰ ਕੀਰਤਨ 1 ਅਗਸਤ ਨੂੰ ਸ਼੍ਰੀ ਨਨਕਾਣਾ ਸਾਹਿਬ ਤੋਂ ਆਰੰਭ ਹੋਵੇਗਾ, ਜਿਸ ਦੇ ਸੰਬੰਧ 'ਚ ਥੀਮ ਸ਼ਬਦ ਅੱਜ ਜਾਰੀ ਕੀਤਾ ਗਿਆ ਹੈ। ਇਸ ਸੰਬੰਧ ਵਿੱਚ ਮਹਾਰਾਸ਼ਟਰ ਦੇ ਸਾਬਕਾ DGP ਡਾਕਟਰ PS ਪਸੀਚਾ ਨੇ ਦੱਸਿਆ ਹੈ ਕਿ ਸ਼੍ਰੋਮਣੀ ਕਮੇਟੀ ਦੀ ਦੇਖਰੇਖ ਹੇਠ 1 ਅਗਸਤ ਤੋਂ ਸ਼ੁਰੂ ਹੋਣ ਵਾਲਾ ਨਗਰ ਕੀਰਤਨ 16 ਵੱਖ ਵੱਖ ਰਾਜਾਂ ਤੋਂ ਹੁੰਦਾ ਹੋਇਆ ਸੁਲਤਾਨਪੁਰ ਲੋਧੀ ਵਿਖੇ 12 ਨਵੰਬਰ ਨੂੰ ਸਮਾਪਤ ਹੋਵੇਗਾ। ਇਸ ਨਗਰ ਕੀਰਤਨ ਲਈ ਥੀਮ ਸ਼ਬਦ ਦਾ ਗਾਇਨ ਉੱਘੇ ਗਾਇਕ ਸੁਖਵਿੰਦਰ ਸਿੰਘ ਵੱਲੋਂ ਕੀਤਾ ਗਿਆ ਹੈ, ਜੋ ਕਿ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੀਟਿੰਗ ਵਿੱਚ ਅੰਮ੍ਰਿਤਸਰ ਵਿਖੇ ਹੀ ਮੌਜੂਦ ਸਨ। ਸ਼ਬਦ ਕੱਲ ਤਾਰਨ ਗੁਰੂ ਨਾਨਕ ਆਇਆ ਵਿੱਚ ਗਾਇਕ ਸੁਖਵਿੰਦਰ ਸਿੰਘ ਨੇ ਆਪਣੀ ਆਵਾਜ਼ ਦਿੱਤੀ ਹੈ। ਸੁਖਵਿੰਦਰ ਸਿੰਘ ਨੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਹੈ ਕਿ ਗੁਰੂ ਸਾਹਿਬ ਨੇ ਜੋ ਉਹਨਾਂ ਨੂੰ ਇਹ ਸੇਵਾ ਬਖਸ਼ੀ ਹੈ ਉਸ ਤੋਂ ਕਾਫ਼ੀ ਖੁਸ਼ ਹਨ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਅਤੇ ਮੁੱਖ ਸਕੱਤਰ ਭਾਈ ਰੂਪ ਸਿੰਘ ਸਮੇਤ ਸ਼੍ਰੋਮਣੀ ਕਮੇਟੀ ਦੇ ਹੋਰ ਆਗੂ ਵੀ ਮੌਜੂਦ ਸਨ। ਗਾਉਣ ਲਈ ਮੈਨੂੰ ਕਿਹਾ ਗਿਆ, ਮੈਂ ਉਹ ਹਿਮਾਕਤ ਦੀ ਫਿਲਹਾਲ ਕਰ ਪਾਵਾਂਗਾ ਕਿ ਬੂਟ ਬਾਟ ਵੀ ਪਾਏ, ਸਿਰ ਵੀ ਨੰਗੇ ਆ ਪਈਆਂ, ਅਤੇ ਉਹ ਅਸੀਂ ਆਪਣਾ ਆਡੀਓ ਸਾਰਿਆਂ ਨੂੰ ਦੇਵਾਂਗੇ, ਸਾਰੇ ਜਿਹਨੇ ਸੁਣ ਲੈਣਗੇ। ਇੱਕ ਬੜੀ ਹੀ ਅੱਛੀ ਖੁਸ਼ੀ ਦੀ ਗੱਲ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਕਿ 9 ਸਾਲ ਦੀ ਉਮਰ 'ਚ ਮੈਂ ਇੱਥੇ ਮੰਜੀ ਸਾਹਿਬ ਸ਼੍ਰੀ ਮੰਜੀ ਸਾਹਿਬ ਗੁਰਦੁਆਰਾ ਸਾਹਿਬ ਇਹੀ ਸ਼ਬਦ ਪਹਿਲੇ ਮੌਕੇ 'ਤੇ ਸਟੇਜ 'ਤੇ ਮੈਨੂੰ ਇਹ ਅਪੋਰਚੁਨਿਟੀ ਪ੍ਰਵਾਨ ਹੋਈ ਸੀ ਔਰ ਮੈਂ ਇਹੀ ਸ਼ਬਦ ਕੱਲ੍ਹ ਤਾਰਨ ਗੁਰੂ ਨਾਨਕ ਆਇਆ ਉਦੋਂ ਮੇਰੇ ਬੜੇ ਹੀ ਬਹੁਤ ਅਸੀਂ ਜਦੋਂ ਸਕੂਲ ਤੋਂ ਆਏ ਇੱਥੇ ਹੀ ਇਸ਼ਨਾਨ ਕੀਤਾ, ਇੱਥੇ ਹੀ ਬੜੇ ਸੋਹਣੇ ਤਰੀਕੇ 'ਤੇ ਬੜੇ ਸੱਜਰੇ ਮਨ ਨਾਲ ਮੇਰੇ ਦਸਤਾਰ ਸਾਹਿਬ ਬੰਨੀ ਗਈ ਔਰ ਫਿਰ ਬਾਅਦ ਮੈਨੂੰ ਇੱਥੇ 9 ਸਾਲ ਦੀ ਉਮਰ 'ਚ ਤੀਰ ਕਮਾਨ ਵੀ ਭੇਟ ਹੋਇਆ ਸੀ। ਇਹੋ ਹੀ ਸ਼ਬਦ ਗਾਇਆ ਸੀ, ਉਹ ਬਾਬਾ ਜੀ ਦੇ ਜਨਮ ਦਿਹਾੜੇ 'ਤੇ ਹੀ ਗਾਇਆ ਸੀ। ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ। ਉਸ ਤੋਂ ਬਾਅਦ ਹੌਲੀ ਹੌਲੀ ਮੈਂ ਇਹਦੇ ਸੰਗੀਤ ਦੇ ਗਿਆਨ ਬਾਰੇ ਗੁਰੂਆਂ ਨਾਲ ਸਿੱਖਣਾ ਸ਼ੁਰੂ ਕੀਤਾ। ਫਿਰ ਮੈਨੂੰ ਪਹਿਲੇ ਮੌਕੇ ਜਦੋਂ ਪਤਾ ਲੱਗਿਆ ਕਿ ਇਸ ਪੂਰੇ ਯੂਨੀਵਰਸ ਦਾ, ਇਸ ਪੂਰੇ ਬ੍ਰਹਿਮੰਡ ਦਾ ਇਕੱਲਾ ਇੱਕ ਗ੍ਰੰਥ ਹੈ ਜਿਹੜਾ ਰਾਗਾਂ 'ਤੇ ਆਧਾਰਿਤ ਹੈ, ਐਂਡ ਦੈਟ ਇਜ਼ ਸ਼੍ਰੀ ਗੁਰੂ ਗ੍ਰੰਥ ਸਾਹਿਬ। ਉਹ ਇੱਕੋ ਹੀ ਇੱਕ ਗ੍ਰੰਥ ਨੇ ਜਿਹੜੇ ਜਿਨ੍ਹਾਂ ਦੇ ਕਈ ਸ਼ਬਦ ਰਾਗਾਂ 'ਤੇ ਆਧਾਰਿਤ ਨੇ। ਫਿਰ ਮੈਂ ਉਸੇ ਰਾਗਾਂ 'ਚ ਉਹਨਾਂ ਸ਼ਬਦਾਂ ਨੂੰ ਗਾਉਣਾ ਸ਼ੁਰੂ ਕੀਤਾ, ਜਿਹੜਾ ਅੱਜ ਵੀ ਮੈਂ ਬੇਨਤੀ ਕਰਦਾ ਕਿ ਸਾਡੇ ਜਿਹੜੇ ਰਾਗੀ ਜਥੇ ਨੇ ਜਿਹੜੇ ਬਹੁਤ ਅੱਛਾ ਗਾਉਂਦੇ ਨੇ, ਬੜੀ ਸ਼ਿੱਦਤ ਨਾਲ ਗਾਉਂਦੇ ਨੇ, ਜੇਕਰ ਉਸ ਗੱਲ ਨੂੰ ਫੋਲੋ ਕਰਨ, ਕਿਉਂਕਿ ਗੁਰੂਆਂ ਨੇ ਨਾਲ ਰਾਗਾਂ ਦੇ ਵੀ ਨਾਂ ਲਿਖੇ ਸੀ, ਜੇਕਰ ਉਹਨਾਂ ਰਾਗਾਂ ਦੇ ਵਿੱਚ ਉਹ ਸ਼ਬਦ ਗਾਏ ਜਾਣ ਤਾਂ ਹੋ ਸਕਦਾ ਉਹਦਾ ਆਨੰਦ ਪ੍ਰਵਾਹ ਹੋਰ ਵਧੇਗਾ। ਅਤੇ ਉਦੋਂ ਬਾਅਦ ਅੱਜ ਸ਼੍ਰੀ ਦਰਬਾਰ ਸਾਹਿਬ 'ਚ ਆ ਮੈਨੂੰ ਇਦੋਂ ਵੱਡਾ ਆਸ਼ੀਰਵਾਦ, ਮੈਂ ਕਈ ਔਸਕਰ ਅਤੇ ਕਈ ਗ੍ਰਾਮੀ ਆਏ ਹੋਣੇ ਆ, ਸਾਰੇ ਇਹਦੇ ਸਾਹਮਣੇ ਫਿੱਕੇ ਪੈ ਜਾਂਦੇ ਆ, ਜਿਹੜਾ ਅੱਜ ਮੈਨੂੰ ਇਹ ਆਸ਼ੀਰਵਾਦ ਇੱਥੇ ਮਿਲ ਰਿਹਾ ਵਾ। ਔਰ ਅੱਜ ਵੀ ਉਸੇ ਹੀ ਸ਼ਬਦ ਜਿਹੜਾ ਕਿ 9 ਸਾਲ ਦੀ ਉਮਰ 'ਚ ਗਾਇਆ ਸੀ, ਉਸੇ ਹੀ ਸ਼ਬਦ ਨਾਲ ਮੈਨੂੰ ਆਸ਼ੀਰਵਾਦ ਪ੍ਰਾਪਤ ਹੋ ਰਿਹਾ ਵਾ। ਕਿਸੇ ਵੇਲੇ ਇੱਦਾਂ ਲੱਗਦਾ ਕਿ ਅਸੀਂ ਸਿੱਖੀ ਬਾਰੇ ਕੀ ਕਰਦੇ ਹਾਂ। ਮੈਂ ਮੁੰਬਈ, ਬੰਬੇ ਵੀ ਕਹਿੰਦੇ ਨੇ, ਮੁੰਬਈ ਵੀ ਕਹਿੰਦੇ ਆ, ਕਦੀ ਸਾਡੇ ਹੀਰੋ ਨੇ
ਉਹ ਥੋੜ੍ਹੇ ਥੋੜ੍ਹੇ ਡੌਲੇ ਬਣਾ ਲੈਂਦੇ ਨੇ ਅਤੇ ਉਹਨਾਂ ਨੂੰ ਕਿਸੇ ਵੇਲੇ ਉਪਰੀ ਗੱਲ ਕਰਨ ਲੱਗਿਆ ਪਰਹੇਜ਼ ਨਹੀਂ ਕਰਦੇ ਅਤੇ ਜਦੋਂ ਕਿਤੇ ਉਹ ਸਿੱਖੀ ਵੱਲ ਨੂੰ ਮੁੜਦੇ ਅਤੇ ਫਿਰ ਮੈਂ ਸਾਹਮਣੇ ਫਿਰ ਲੋਹੇ ਦੀ ਕੰਧ ਬੰਨ ਕੇ ਖੜਾ ਹੋ ਜਾਂਦਾ ਫਿਰ ਉਹਨਾਂ ਨੂੰ ਮੈਂ ਦੱਸਦਾ ਵਾਂ ਉਹਨਾਂ ਨੇ ਮੈਨੂੰ ਕਈ ਵਾਰੀ ਕਿਹਾ ਕਿ ਸਾਡੇ ਬਦਨ ਵੱਲ ਦੇਖ ਮੈਂ ਕਿਹਾ ਨਹੀਂ ਸਿੱਖ ਹਿੰਮਤ ਵੱਲ ਦੇਖਦਾ ਅਤੇ ਉਹ ਫਿਰ ਉਹ ਕੰਮ ਅਸੀਂ ਉੱਥੇ ਬੈਠ ਕੇ ਉਹ ਵੀ ਕਰਦੇ ਰਹਿੰਦੇ ਹਾਂ ਅਸੀਂ ਪੂਰੀ ਇੱਜ਼ਤ ਦਿੰਦੇ ਹਾਂ ਔਰ ਮੈਨੂੰ ਜਦੋਂ ਸਤਿਕਾਰ ਮਿਲਿਆ ਇਹ ਕਈ ਤਰ੍ਹਾਂ ਦੇ ਫਿਲਮਾਂ ਦੇ ਅਤੇ ਮੈਨੂੰ ਜਦੋਂ ਜਸਬੀਰ ਜੀ ਆਏ ਪਸਰੀਚੀ ਅੰਕਲ ਜਦੋਂ ਆਏ ਇਹਨਾਂ ਨੇ ਕਿਹਾ ਕਿ ਪੁੱਤਰ ਜੀ ਤੁਸੀਂ ਸ਼ਬਦ ਗਾਉਣਾ ਵਾ ਅਤੇ ਮੈਂ ਕਿਹਾ ਜੀ ਇਹ ਇਦੋਂ ਵੱਡਾ ਜ਼ਿੰਦਗੀ ਦੇ ਵਿੱਚ ਮੇਰੇ ਲਈ ਕੋਈ ਵੱਡਾ ਆਸ਼ੀਰਵਾਦ ਕੋਈ ਨਹੀਂ ਹੋ ਸਕਦਾ ਔਰ ਮੈਂ ਕੋਸ਼ਿਸ਼ ਕੀਤੀ ਆ ਅਤੇ ਗੁਰੂ ਮਹਾਰਾਜ ਦੀ ਕਿਰਪਾ ਵਾ ਸਾਰੇ ਜਣੇ ਪਸੰਦ ਕਰਨਗੇ ਬਾਣੀ ਆ ਬਾਣੀ ਮੇਰੇ ਹਿੱਸੇ ਆਈ ਆ ਇਹ ਮੇਰੀ ਕਿਸਮਤ 'ਚ ਇੱਕ ਬਹੁਤ ਹੀ ਸੁਖਾਲੀ ਲਕੀਰ ਬਣ ਕੇ ਆਈ ਆ ਅਤੇ ਮੈਂ ਇਜਾਜ਼ਤ ਲੈਣਾ ਜਦੋਂ ਵੀ ਤੁਹਾਡਾ ਦਿਲ ਕਰੇ ਇਹਨੂੰ ਸੁਣੋਗੇ ਮਨ ਨੂੰ ਬੜਾ ਸਕੂਨ ਮਿਲੇਗਾ ਭਾਵਨਾਵਾਂ ਨੂੰ ਹੋਰ ਤਰੋ ਤਾਜ਼ਾ ਮਿਲੇਗੀ ਵਾਹਿਗੁਰੂ ਜੀ ਕਾ ਖਾਲਸਾ। ਉਹ ਜਿਸ ਤਰ੍ਹਾਂ ਡਾਕਟਰ ਰੂਪ ਸਿੰਘ ਹੋਰਾਂ ਨੇ ਦੱਸਿਆ ਉਸ ਪ੍ਰੋਗਰਾਮ ਦੇ ਬਾਰੇ ਉਹ 1 ਅਗਸਤ ਨੂੰ ਉਹ ਪਾਵਨ ਧਰਤੀ ਜਿੱਥੇ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੋਇਆ ਸ੍ਰੀ ਨਨਕਾਣਾ ਸਾਹਿਬ ਉੱਥੋਂ ਪ੍ਰਾਰੰਭ ਹੋਏਗਾ ਉਹ ਨਗਰ ਕੀਰਤਨ ਔਰ ਜਿਹੜਾ ਵਾਹਗਾ ਬਾਰਡਰ 'ਤੇ ਪਹੁੰਚੇਗਾ ਉੱਥੇ ਬਹੁਤ ਵੱਡਾ ਵਿਸ਼ਾਲ ਸਵਾਗਤ ਜਿਹੜਾ ਸਾਰੀਆਂ ਸਿੱਖ ਸੰਗਤਾਂ ਵੱਲੋਂ ਸਮੁੱਚੀਆਂ ਧਾਰਮਿਕ ਜਥੇਬੰਦੀਆਂ ਵੱਲੋਂ ਉਹਦਾ ਕੀਤਾ ਜਾਣਾ। ਸੋ ਉਸਦੇ ਤਹਿਤ ਹੀ ਅੱਜ ਜੋ ਭਾਈ ਗੁਰਦਾਸ ਜੀ ਦਾ ਸ਼ਬਦ ਹੈ ਕਲ ਤਾਰਨ ਗੁਰੂ ਨਾਨਕ ਆਇਆ ਇਹ ਸਲੋਗਨ ਜਿਹੜਾ ਹੈ ਇਹ ਉਸ ਨਗਰ ਕੀਰਤਨ ਵਿੱਚ ਜਿੱਥੇ ਸਾਡੇ ਪ੍ਰਸਿੱਧ ਰਾਗੀ ਸਿੰਘ ਕੀਰਤਨ ਕਰਨਗੇ ਉੱਥੇ ਇਹ ਸਲੋਗਨ ਜਿਹੜਾ ਹੈ ਸ਼ਬਦ ਜਿਹੜਾ ਹੈ ਇਹ ਵੀ ਸਾਡੇ ਪ੍ਰਸਿੱਧ ਗਾਇਕ ਸੁਖਵਿੰਦਰ ਸਿੰਘ ਜੀ ਸੋ ਉਹਨਾਂ ਵੱਲੋਂ ਇਹ ਸ਼ਬਦ ਜਿਹੜਾ ਗਾਇਆ ਗਿਆ। ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਇਹਨਾਂ ਨੇ ਵੀ ਆਪਣਾ ਹਿੱਸਾ ਜਿਹੜਾ ਹੈ ਇਹ ਪ੍ਰਕਾਸ਼ ਪੁਰਬ ਦੇ ਵਿੱਚ ਆਪਣੇ ਗਾਇਕ ਰਾਹੀਂ ਜਿਹੜਾ ਪਾਇਆ ਪ੍ਰਸਿੱਧ ਗਾਇਕ ਨੇ। ਸੋ ਬਹੁਤ ਸੋਹਣਾ ਸ਼ਬਦ ਜਿਹੜਾ ਇਹਨਾਂ ਨੇ ਆਪਣੀ ਇੰਨੀ ਮਧੁਰ ਆਵਾਜ਼ ਦੇ ਵਿੱਚ ਇਹ ਗਾਇਨ ਕੀਤਾ ਹੈ। ਬਿਊਰੋ ਰਿਪੋਰਟ ਪੰਜਾਬ ਟੂਡੇ।